ਓ ਜੁਗਨੀ ਮਸਤਾ, ਹਾਂ ਜੁਫਿਆ, ਫਰਨੀਚਰ ਲਿਆ ਸੀ 2 ਦਿਨਾਂ ਦੇ ਪੈਸਿਆਂ ਦਾ ਕਿਆ ਕਿਹਾ ਸੀ? ਬਕਾਇਆ ਪੈਸੇ ਨਹੀਂ ਦੇ ਕੇ ਆਇਆ ਅਜੇ ਯਾਰ। ਜੁਫਿਆ ਗੁੱਸਾ ਨਾ ਕਰ, ਮੈਂ ਤੇਰੇ ਪੈਸੇ ਦੇਵਾਂਗਾ, ਟੈਨਸ਼ਨ ਨਾ ਲੈ। ਕਦੋਂ ਦੇਣੇ ਨੇ? ਆ ਯਾਰ 2-4 ਦਿਨ ਠਹਿਰ ਜਾ, ਮੇਰੀ ਆ ਜਾਣੀ ਤਨਖਾਹ, ਮੇਰੇ ਹੱਥ ਬੰਨ ਕੇ ਤੈਨੂੰ ਪੈਸੇ ਦੇਵਾਂਗਾ, ਤੂੰ ਟੈਨਸ਼ਨ ਨਾ ਲੈ। ਹੁਣ ਵੀਰੇ ਜਾ, ਇੱਥੇ ਰੌਲਾ ਨਾ ਪਾ। ਠੀਕ ਹੋ ਗਿਆ। ਚੰਗਾ। यार ऐतकी ना सिट्टे माशाल्लाह वाह भाई काट लेने इन्होंने, ऐतकी लगता कनक वाह भाई। जुगनी मस्ता, हां जुफे दी आवा। हां जुफिया, मेरा फर्नीचर ते पैसे नहीं भेजे नी, तू अगे महीने बाद टकरया, हुन 2 दिनों दा नाम लिया सी मेनू। यार जुफिया क्यों गुस्सा करना यार, तू टेंशन ना लै, तेनू आख्या वे कनक माशाल्लाह एडी वड्डी वड्डी होई खड़ी आ, आ चुकींदी गई तो तेनू मियां पैसे दे देंगे। यार क्यों टेंशन लै गया यार, तू अगे 2 दिनों दा नाम लिया, महीने बाद हुन टकरया, कनक ना चुकी जा तेरी साल। ठंडा हो यार, साल की आ यार, वध तो वध 10 दिन लगने ने, आ वे फिर चुकी जानी अपनी कनक, सारे तेनू हाथ बन के मियां देंगे पैसे। जुफिया टेंशन ना लै, ਹੁਣ ਇੱਕੋ ਟਾਈਮ ਮੈਨੂੰ ਦੇ ਦੇ, ਇੱਕੋ ਟਾਈਮ ਤੇ ਮੈਂ ਤੇਰੇ ਕੋਲ ਪੈਸੇ ਲੈ ਆਉਂਦੀ ਗਈ ਤੇ ਮੈਂ ਮੀਆਂ ਤੈਨੂੰ ਪੈਸੇ ਦੇ ਦੇਵਾਂਗਾ। ਠੀਕ ਹੈ। ਅੱਲਾ ਅੱਬਾ। ਹਾਂ ਪੁੱਤਰ, ਆਪਣੀ ਜ਼ਮੀਨ ਦਾ ਕੀ ਬਣਿਆ? ਓ ਯਾਰ ਮੈਂ ਕੀਤੀ ਆ ਗੱਲ ਵਕੀਲ ਨਾਲ। ਅੱਛਾ। ਉਹਨੇ ਆਖਿਆ ਯਾਰ 2 ਜਾਂ 3 ਦਿਨ ਚਾਚਾ ਸਬਰ ਕਰ ਜਾਓ ਤੇ ਤੁਹਾਡੇ ਨਾਲ ਲੱਗ ਜਾਏਗੀ। ਅੱਛਾ, ਜੇ ਨਹੀਂ ਉਹ ਦਿੰਦੇ ਤਾਂ ਆਪਾਂ ਮੁੜ ਲੈ ਲੈਨੇ, ਸਾਨੂੰ ਵੱਲ ਨਹੀਂ। ਫਿਰ ਆਖਰੀ ਆ ਜੁਗਨੀ ਮਸਤਾ, ਜੁਫਾ ਬੜੇ ਬੜੇ ਮੈਂ ਵੱਡੇ ਗੇੜੇ ਵੇਖੇ ਨੇ, ਤੇਰੇ ਤੋਂ ਘੱਟ ਹੀ ਵੇਖੇ ਨੇ। ਕੀ ਹੋਇਆ ਜੁਫਾ? 20 ਸਾਲਾਂ ਬਾਅਦ ਤੂੰ ਮੈਨੂੰ ਟਕਰਿਆ, ਤੇਰਾ ਪੁੱਤਰ ਵੀ ਜਵਾਨ ਹੋ ਗਿਆ, ਹੁਣ ਤਾਂ ਮੇਰੇ ਪੈਸੇ ਦੇ ਛੱਡ। ਬਾ ਇਹ ਕੌਣ ਜਿਹੜਾ ਐਡਾ ਔਖਾਉਂਦਾ ਪਿਆ ਹੈ? ਪੁੱਤਰ ਜਦੋਂ ਮੇਰਾ ਨਿਕਾਹ ਸੀ ਨਾ, ਹਾਂ ਉਦੋਂ ਮੈਂ ਇਹਦੇ ਕੋਲ ਲਿਆ ਫਰਨੀਚਰ ਉਧਾਰਾ। ਅੱਛਾ। ਉਦੋਂ ਤੇ ਪੈਸੇ ਵੇਲ ਅੱਜ ਤੱਕ ਦੇਨੇ ਤੇ ਇਹ ਮਗਰ ਹੀ ਆ ਮੇਰੇ। ਜੇ ਇਹਨੂੰ ਐਡੀ ਕਾਲੀ ਆਈ ਤੇ ਫਰਨੀਚਰ ਨਾ ਦੇਵੇ ਆ। ਉਹ ਜੁਗਨੀ ਮਸਤਾ। ਹਾਂ ਰੰਗੀਲੇ, ਆ ਮੈਂ ਤੰਮੀ 100 ਰੁਪਏ ਦੇ ਵਾਇਰਲ ਨਾਲ ਤੈਨੂੰ ਕਿੰਨੀ ਅਕਲ ਆ ਕੀ ਤੇ ਮੇਰੇ ਇੱਕ ਗੱਲ ਨਹੀਂ ਚਾਹੀ? ਕਦੋਂ? ਤੰਮੀ ਨਾਲ। ਅੱਛਾ, ਹਾਂ ਤੇ ਫਿਰ ਮੇਰੀ ਇੱਕ ਗੱਲ ਦਾ ਜਵਾਬ। ਕਿਹੜੀ ਤੇਰੀ ਗੱਲ ਹੈ? ਆ 2 ਜਮ੍ਹਾਂ 2 ਕਿੰਨੇ ਹੁੰਦੇ ਨੇ? 4। ਤੇ 4 ਜਮ੍ਹਾਂ 6? 10। ਤੇ 10 ਜ਼ਰਬ 10? 100। ਤੇ 100 ਜ਼ਰਬ 100? 10,000। ਤੇ 10,000 ਜ਼ਰਬ 100? 100,000। ਤੇ ਉਸੇ ਲੱਖ ਦੀ ਲਾਨਤ ਤੇਰੇ ਮੂੰਹ ਤੇ, ਹਾਲਾਂਕਿ ਮੂੰਹ ਵੱਡਾ ਕਰੋੜ ਦੀ ਪੈਂਦੀ। ਉਹ ਚਬਲ ਇਨਸਾਨ ਆ, ਕਿਸੇ ਵੇਲੇ ਬੰਦਾ ਵਾਸ਼ਰੂਮ 'ਚ ਵੀ ਬੈਠਾ ਹੁੰਦਾ, ਕੋਈ ਹੋਰ ਕੰਮ ਕਰਦਾ ਪਿਆ ਹੁੰਦਾ। ਉਹ ਤੂੰ ਖੱਚ ਜ਼ਮਾਨੇ ਦੀ ਮੈਨੂੰ ਕਾਲ ਕਿਵੇਂ ਕੀਤੀ? ਅੱਜ ਤੋਂ ਬਾਅਦ ਤੂੰ ਮੈਨੂੰ ਕਾਲ ਕੀਤੀ ਨਾ, ਤੈਨੂੰ ਮੈਂ ਦੱਸਦਾ ਵੇ ਕਿ ਅੱਜ ਬਾਅਦ ਮੈਨੂੰ ਕਾਲ ਨਾ ਕਰੀ। ਹੈਲੋ, ਅਸਲਾਮ ਵਾਲੇਕੁਮ ਜੀ। ਹਾਂਜੀ ਵਕੀਲ ਸਾਹਿਬ, ਕੀ ਬਣਿਆ ਆਪਣੇ ਰੋਲੇ ਦਾ? ਮੁੱਕਦੀ ਗੱਲ ਕਿ ਨਹੀਂ? ਓਏ ਰੰਗੀਲਿਆ, ਇਧਰ ਆ, ਮੇਰੀ ਗੱਲ ਸੁਣ। ਆਪਦੇ ਮੁੰਡੇ ਨੂੰ ਤੂੰ ਤਮੀਜ਼ ਨਹੀਂ ਸਿਖਾਈ, ਇਸ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਕੋਈ ਨੀ, ਬੱਚਾ ਆਇਆ ਸੀ, ਕੋਈ ਨੀ, ਖੈਰ ਹੈ। ਉਹ ਕੀ ਬੱਚਾ, ਤੂੰ ਇਹਨੂੰ ਤਮੀਜ਼ ਸਿਖਾਣੀ ਸੀ ਭਾਈ? ਕੋਈ ਨੀ ਬੱਚਾ, ਮੈਂ ਬਾਹਰ ਸਾਲ ਖਰਾਬ ਹੋ ਗਿਆ, ਆਪਾਂ ਕਰ ਲੈਨੇ ਸਹੀ। ਨਹੀਂ 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 ਭਾਈ, ਇਹਨੂੰ ਤੂੰ ਤਮੀਜ਼ ਸਿਖਾਉਂਦਾ, ਇਹਦੀ ਮਾਂ ਨੂੰ ਕਹਿੰਦਾ ਤੂੰ ਇਹਨੂੰ ਤਮੀਜ਼ ਸਿਖਾ, ਤੂੰ ਬਾਹਰ ਸੀ ਇਹਦੇ ਨਹੀਂ ਨਾ। ਕੋਈ ਨੀ, ਨਵਾਂ ਸ਼ੀਸ਼ਾ ਪਵਾ ਲੈਣਾ, ਮੈਂ ਬਾਹਰ ਸਾਂ ਤੇ ਕੋਈ ਨੀ। ਉਹ ਕੀ ਤੂੰ ਬਾਹਰ ਲਾਈ ਹੋਈ, ਕਿੱਥੇ ਬਾਹਰ ਸੀ ਦੱਸ ਮੈਨੂੰ। ਸਾਂ ਜੇਲ ਐਸਾ, ਕੋਈ ਨੀ ਕਰ ਲੈਨੇ ਆਪਾਂ। ਅੱਛਾ, ਹਾਂਜੀ ਕੋਈ ਨੀ, ਆ ਉੱਥੇ ਬਹਿ ਕੇ ਗੱਲ ਕਰਨੇ। ਉਹ ਨਹੀਂ ਆ ਭਾਈ, ਦੂਸਰਾ ਸ਼ੀਸ਼ਾ ਵੀ ਤੋੜ ਯਾਰ। ਆ ਬਹਿ ਕੇ ਕਰਨੇ।